ਤਰਨਤਾਰਨ ਦੇ ਨਜ਼ਦੀਕ ਪੈਂਦੇ ਇੱਕ ਪੈਲਸ ਵਿੱਚ ਕੰਮ ਕਰਦੇ ਚਾਰ ਨੌਜਵਾਨਾਂ ਦੀ ਭੇਦਭਰੀ ਹਾਲਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਮਾਰੇ ਗਏ ਇਨ੍ਹਾਂ ਚਾਰੇ ਨੌਜਵਾਨਾਂ ਦੀਆਂ ਲਾਸ਼ਾਂ ਪੈਲਸ ਦੇ ਇੱਕ ਕਮਰੇ 'ਚੋਂ ਮਿਲੀਆਂ ਨੇ। ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮਰਨ ਵਾਲੇ ਨੌਜਵਾਨ ਪੈਲਸ ਵਿੱਚ ਸਫਾਈ ਦਾ ਕੰਮ ਕਰਦੇ ਸਨ ਅਤੇ ਰਾਤ ਨੂੰ ਸੌਣ ਸਮੇਂ ਕਮਰੇ ਵਿੱਚ ਇਨ੍ਹਾਂ ਨੇ ਅੱਗ ਦੀ ਭੱਠੀ ਬਾਲੀ ਹੋਈ ਸੀ। ਹੋ ਸਕਦਾ ਹੈ ਕਿ ਇਨ੍ਹਾਂ ਨੌਜਵਾਨਾਂ ਦਾ ਦਮ ਘੁੱਟਣ ਕਾਰਨ ਮੌਤ ਹੋ ਗਈ ਹੋਵੇ। ਮੌਕੇ ਤੇ ਪਹੁੰਚੇ SP ਤਿਲਕ ਰਾਜ, DSP ਸੁੱਚਾ ਸਿੰਘ ਬਲ ਅਤੇ SHO ਚੰਦਰ ਭੂਸ਼ਣ ਨੇ ਦੱਸਿਆ ਕਿ ਪੈਲਸ ਅੰਦਰ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਤੋ ਇਹਨਾਂ ਨੇ ਫੋਨ ਫਿਰ ਵੀ ਨਹੀਂ ਚੁੱਕਾ, ਫਿਰ ਸਵੇਰੇ 7 ਵਜੇ ਫੋਨ ਲਗਾਇਆ, ਫਿਰ ਵੀ ਨਹੀਂ ਚੁੱਕਾ। ਉਸ ਤੋਂ ਬਾਅਦ ਫਿਰ 7:30-8 ਵਜੇ ਮੈਂ ਲਗਾਇਆ, ਫਿਰ ਵੀ ਨਹੀਂ ਚੁੱਕਾ। ਫਿਰ ਮੈਂ ਸਾਰੀ ਲੇਬਰ ਕੋ ਲੈ ਕੇ ਮੈਂ ਘਰ ਜਾ ਰਹਾ ਥਾ, ਤੋ ਮੈਨੇ ਬੋਲਾ ਇਹ ਲੋਕ ਯਹਾਂ ਪੇ ਹੈ ਕਾਮ ਕਰ ਰਹਾ ਹੈ, ਇਹ ਲੋਕ ਮਿਲ ਕੇ ਜਾਤਾ ਹੂੰ, ਤੋ ਆਪ ਆ ਕੇ ਦੇਖਾ ਕਿ ਸਭ ਸਭ ਮਰਾ ਹੁਆ ਹੈ, ਨਾ ਇਹਨੇ ਕਿਸੇ ਨੇ ਮੇਰੇ ਕੋ ਫੋਨ ਨਹੀਂ ਕੀਆ ਥਾ। ਤਬ ਅਭੀ ਮੈਂ ਗੇਟ ਮੇਂ ਘੁਸਨੇ ਲਗਾ ਤੋ ਮੈਨੇਜਰ ਸਾਹਿਬ ਨੇ ਮੇਰੇ ਕੋ ਫੋਨ ਕੀਆ ਕਿ ਤੂੰ ਕ੍ਰਿਸ਼ਨਾ ਕਾ ਬਾਬੂ, ਮੈਨੇ ਬੋਲਾ ਸਰ ਮੈਂ ਕ੍ਰਿਸ਼ਨਾ ਕਾ ਬਾਬੂ, ਤਾਂ ਬੋਲ ਰਿਹਾ ਇੱਧਰ ਆਓ, ਫਿਰ ਮੈਂ ਆ ਕੇ ਦੇਖਾ ਕਿ ਸਭ ਮਰਾ ਹੁਆ ਹੈ। ਇਹ ਸਾਰੇ ਕਿੰਨੇ ਚਿਰ ਤੋਂ ਕੰਮ ਕਰਦੇ ਪਏ ਸਰ? ਵੀ ਐਸੇ ਹੋ ਗਏ 10-12 ਦਿਨ ਹੋ ਗਏ ਕੰਮ ਕਰ ਰਿਹਾ। ਤੁਹਾਨੂੰ ਲੱਗਦਾ ਕਿਸੇ ਨੇ ਮਾਰਿਆ ਕਿ ਜਾਂ ਖੁਦ ਹੀ ਮਰ ਗਏ, ਜਾਂ ਕਿਸ ਤਰ੍ਹਾਂ ਕੀ ਲੱਗਦਾ ਹੈ? ਇਹ ਇੱਕ ਮੇਰਾ ਬੇਟਾ ਹੈ ਔਰ ਬਾਕੀ ਸਾਰੇ ਲੇਬਰ ਹੈ ਜੀ, ਇਹੀ ਲੱਗ ਰਿਹਾ ਜੀ। ਐਸੇ ਇਹ ਲੋਕ ਨਹੀਂ ਮਰਾਏ, ਲੋਕ ਐਸੇ ਨਹੀਂ ਮਰਾਏ, ਕਿਸੇ ਨੇ ਮਾਰਾ ਹੈ? ਸਾਰੀ ਬੁੱਧੂ ਆ ਰਹਾ ਹੈ, ਦੇਖੋ ਮੇਰਾ ਬੇਟਾ ਦਾ ਮੂੰਹ 'ਚੋਂ ਖੂਨ ਨਿਕਲ ਰਿਹਾ ਹੈ, ਮੇਰੇ ਬੇਟਾ ਦਾ ਮੂੰਹ 'ਚੋਂ ਖੂਨ ਨਿਕਲ ਰਿਹਾ ਹੈ, ਔਰ ਇਹ ਲੋਕ ਦਾ ਮੂੰਹ 'ਚੋਂ ਝਾਗ ਨਿਕਲ ਰਿਹਾ ਹੈ। ਕਿਆ ਨਾਮ ਹੈ ਤੈਨੂੰ? ਇਹ ਲੜਕਾ ਦਾ ਪਾਂਚ ਚਾਰ ਤੋਂ ਪੂਰੇ ਹੀ ਖਤਮ ਹੋ ਗਿਆ, ਔਰ ਇਹ ਇਹਨਾਂ ਨੇ ਬੋਲਿਆ ਕਿ ਹਸਪਿਟਲ ਮੈਂ ਹੈ, ਅਭੀ ਉਹ ਜਿੰਦਾ ਹੈ ਨਾ ਮਰਾ ਹੈ, ਉਹ ਉਸਕੋ ਅਭੀ ਹਮਨੇ ਦੇਖਾ ਵੀ ਨਹੀਂ। ਕਿਆ ਨਾਮ ਹੈ? ਜੋ ਸਭੀ ਇੱਕ ਵਿੱਕੀ ਹੈ, ਇੱਕ ਲਵ ਹੈ, ਔਰ ਇੱਕ ਬਿਹਾਰੀ, ਉਸਕੇ ਨਾਮ ਪਤਾ ਕਿਆ ਹੈ? ਸੁਰੇਸ਼। ਜਬ ਮੈਂ ਆਪਣੇ ਘਰ ਪੇ ਜਾ ਰਿਹਾ ਥਾ ਨਾ ਮਜੀਟਾ ਬਾਈਪਾਸ ਅੰਮ੍ਰਿਤਸਰ, ਤੋ ਫਿਰ ਵਹਾਂ ਪੇ ਜੋ ਮੈਂ ਦੇਖਾ ਐਂਬੂਲੈਂਸ ਯਹਾਂ ਖੜਾ ਹੈ, ਮੈਨੇ ਬੋਲਾ ਐਂਬੂਲੈਂਸ ਕਿਉਂ ਖੜਾ ਹੈ, ਇਤਨਾ ਲੋਕ ਕਿਉਂ ਇਕੱਠਾ ਹੋ ਗਿਆ? ਮੈਂ ਆ ਕੇ ਦੇਖਾ ਕਮਰੇ ਮੇਂ ਬੰਦਾ ਕੋਈ ਦਿਖ ਨਹੀਂ ਰਿਹਾ, ਮੈਨੇ ਕਿਹਾ ਲੇਬਰ ਕਹਾਂ ਗਿਆ? ਤੋ ਸਾਰੀ ਬੰਦਾ ਕਿ ਇੱਧਰ ਇਕੱਠਾ ਲਗਾ ਹੁਆ ਹੈ, ਤੋ ਫਿਰ ਮੈਨੇ ਦੇਖਾ ਕਿ ਅੰਦਰ ਸਾਰੀ ਮਰਾ ਪੜਾ ਹੈ। ਪੁਲਿਸ ਕਾ ਕਹਿਣਾ ਇਹ ਮਰੇ ਹੈ ਠੰਡ ਕੇ ਕਾਰਨ, ਮਰੇ ਠੰਡੇ ਮੇਂ ਨਹੀਂ ਮਰਤਾ ਹੈ, ਠੰਡੇ ਮਰਤਾ ਤਾਂ ਮੁਝੇ ਝਾਗ ਨਿਕਲਤਾ ਹੈ। ਗਰੀਬ ਆਦਮੀ ਹੈ, ਆਪ ਲੋਕ ਅਮੀਰ ਆਦਮੀ ਹੈ, ਆਪ ਲੋਕ ਕੋ ਇੱਕ ਬੈਗ ਪੈਸਾ ਫੇਂਕ ਦੇਗਾ। ਤਰਨ ਤਾਰਨ ਤੋਂ ਸਾਗਰ ਅਰੋੜਾ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।